ਭੈਰਮ ਸਰਕਾਰਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰ ਲਈਏ ਤੇ ਆਖੀਏ ਤਾਂ ਸ੍ਰੀ ਸਾਧਗੁਰੂ ਪ੍ਰਤਾਪ ਸਿੰਘ ਜੀ ਤਾਂ ਸ੍ਰੀ ਸਾਧਗੁਰੂ ਜਗਜੀਤ ਸਿੰਘ ਜੀ ਤਾਂ ਸ੍ਰੀ ਸਾਧਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਅੱਜ ਦੀ ਸਾਖੀ ਦਾ ਸਿਰਲੇਖ ਹੈ ਸਹਿਣਸ਼ੀਲਤਾ ਦੀ ਮੂਰਤ ਸਾਧਗੁਰੂ ਇਹ ਸਾਖੀ ਸੰਬੰਧਿਤ ਹੈ ਸੰਤ ਸੰਤੋਖ ਸਿੰਘ ਸਾਜਣ ਜੀ ਸੰਤ ਸੰਤੋਖ ਸਿੰਘ ਸਾਜਨ ਜੀ ਨੇ ਬਚਪਨ ਤੋਂ ਹੀ ਸ਼੍ਰੀ ਸਾਗੂ ਪ੍ਰਤਾਪ ਸਿੰਘ ਜੀ ਦੇ ਕਈ ਵਾਰ ਦਰਸ਼ਨ ਕੀਤੇ ਹਨ ਸੰਤ ਜੀ ਦੇ ਉਸਤਾਦ ਸੰਤ ਤਰਨ ਸਿੰਘ ਵਹਿਮੀ ਜੀ ਹਨ ਜੋ ਕਿ ਨਾਮ ਤਾਂ ਇਤਿਹਾਸ ਦੇ ਮਹਾਨ ਲੇਖਕ ਹਨ ਅਤੇ ਜਸ ਜੀਵਨ ਨਾਮਕ ਗ੍ਰੰਥ ਦੇ ਰਚਨ ਹਾਰ ਹਨ ਸਾਜਨ ਜੀ ਦਾ ਕਹਿਣਾ ਹੈ ਕਿ ਸ਼੍ਰੀ ਸਾਗੂ ਪ੍ਰਤਾਪ ਸਿੰਘ ਜੀ ਦਾ ਜੇਕਰ ਸਹੀ ਜੀਵਨ ਇਤਿਹਾਸ ਕਿਸੇ ਲਿਖਿਆ ਹੈ ਤਾ ਉਹ ਹਨ ਵੈਮੀ ਜੀ 사ਜਨ ਜੀ ਦਾ 1949-50 ਵਿੱਚ ਵੈਮੀ ਜੀ ਨਾਲ ਸੰਪਰਕ ਹੋਇਆ ਉਹਨਾਂ ਨੇ ਹੀ 사ਜਨ ਜੀ ਨੂੰ ਕਵਿਤਾ ਲਿਖਣਾ ਸਿਖਾਇਆ ਜਿਸ ਤਰ੍ਹਾਂ ਭਾਈ ਬਾਲਲੇ ਨੇ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਲਿਖਿਆ ਠੀਕ ਉਸੇ ਤਰ੍ਹਾਂ ਵੈਮੀ ਜੀ ਨੇ ਵੀ ਸ਼ੀ ਸਾਗੂ ਪ੍ਰਤਾਪ ਸਿੰਘ ਜੀ ਦਾ ਇਤਿਹਾਸ ਜਾਸ ਜੀਵਨ ਲਿਖਿਆ सन उन्नीस सौ उनाहठ भी श्री जगजीत सिंह जी गद्दी ग बैठे उस वक्त साजन जी भी श्री भैनी साहब ही सन श्री सातगुरु जी शुरू तो ही दृढ़ इरादे वाले हैं जदों तो गरीब निवास जी ग बैठे हैं उदों तो लोग लैके हूं तक गरीब निवास जी ने हर एक नाल अपना मेल जोल वधाया ही है महाराज निहाल सिंह जी जिन्ना दी अपने वे भा श्री सागू प्रताप सिंह जी के नाल ਆਣਬਣੀ ਰਹਿੰਦੀ ਸੀ ਸੱਚੇ ਪਾਤਸ਼ਾਹ ਸਾਗੂ ਜਗਜੀਤ ਸਿੰਘ ਜੀ ਨੇ ਜਿੱਥੋਂ ਤੱਕ ਹੋ ਸਕਿਆ ਉਹਨਾਂ ਦੇ ਪਰਿਵਾਰ ਨੂੰ ਛਾਤੀ ਨਾਲ ਹੀ ਲਗਾਇਆ ਹੈ ਅੱਜ ਤੱਕ ਵੀ ਉਹਨਾਂ ਦਾ ਪਰਿਵਾਰ ਸੀ ਸਤਗੁਰ ਜੀ ਦੇ ਚਰਨਾਂ ਨਾਲ ਹੀ ਜੁੜਿਆ ਹੋਇਆ ਹੈ ਇਹ ਗਰੀਬ ਨਿਵਾਜ ਜੀ ਦੀ ਉਦਾਰਤਾ ਦਾ ਹੀ ਨਮੂਨਾ ਹੈ ਗਰੀਬ ਨਿਵਾਜ ਜੀ ਬੜੇ ਠੰਡੇ ਸੁਭਾਅ ਦੇ ਅਹਨ ਹਾਰਿਕ ਦੀ ਗੱਲ ਬੜੀ ਆਸਾਨੀ ਨਾਲ ਸਹਿ ਜਾਂਦੇ ਹਨ ਇੱਕ ਵਾਰੀ ਕਵੀ ਪ੍ਰੀਤਮ ਸਿੰਘ ਜੀ ਨੇ ਆਪ ਜੀ ਨੂੰ ਮੁੰਡਾ ਗੁਰੂ ਕਹਿ ਕੇ ਸਬੋਧਨ ਕੀਤਾ ਸਾਰੀ ਸਾਧ ਸੰਗਤ ਹੈਰਾਨ ਹੋ ਗਈ ਇਸ ਤੇ ਸੰਤ ਕਰਨ ਸਿੰਘ ਵੈਮੀ ਨੇ ਬਚਨ ਕੀਤਾ ਜਦ ਕੋਈ ਗੁਰੂ ਬਣ ਜਾਂਦਾ ਹੈ ਤਾਂ ਉਹ ਸਿਰਫ ਗੁਰੂ ਹੀ ਰਹਿ ਜਾਂਦਾ ਹੈ ਨਾ ਮੁੰਡਾ ਹੁੰਦਾ ਹੈ ਨਾ ਬਜ਼ੁਰਗ ਉਹ ਸਿਰਫ ਗੁਰੂ ਹੀ ਹੁੰਦਾ ਹੈ ਫਿਰ ਸ੍ਰੀ ਸਾਧਗੁਰੂ ਜੀ ਨੇ ਗੱਦੀ ਤੇ ਬੈਠਦੇ ਆ ਹੀ ਮੁੰਡੇ ਵਾਲੀ ਅਵਸਥਾ ਗੁਰੂ ਵਿੱਚ ਬਦਲ ਦਿੱਤੀ। ਸ੍ਰੀ ਸਾਗੁਰ ਜੀ ਹਮੇਸ਼ਾ ਆਪਣੇ ਸਿੱਖਾਂ ਨੂੰ ਆਪਣੇ ਨੇੜੇ ਹੀ ਲਿਆਏ। ਇੱਕ ਵਾਰ ਸ੍ਰੀ ਸਾਗੁਰ ਜੀ ਨੇ ਕਸ਼ਮੀਰ ਜਾਣ ਦਾ ਪ੍ਰੋਗਰਾਮ ਬਣਾਇਆ। ਜਿਸ ਵਿੱਚ ਦਿੱਲੀ ਤੋਂ ਵੀ ਕਾਫੀ ਸ਼ਰੀਰ ਤਕਰੀਬਨ 50 ਦੀ ਗਿਣਤੀ ਵਿੱਚ ਨਾਲ ਗਏ। ਉਹਨਾਂ ਵਿੱਚ ਪ੍ਰਮੁੱਖ ਸੰਸੋਖੀ ਜੀ, ਸੰਤਵतार ਸਿੰਘ, ਜਸਵੰਤ ਸਿੰਘ ਜੋਸ਼, ਜਥੇਦਾਰ ਦੀਪ ਸਿੰਘ ਆਦਿ। ਇਸ ਯਾਤਰਾ ਵਿੱਚ ਕਾਰਾਂ ਦਾ ਇੱਕ ਲੰਮਾ ਕਾਫਲਾ ਚੱਲਿਆ ਤੇ ਸੰਤੋਖ ਸਿੰਘ ਸਾਹਜ ਨੂੰ ਲੁਧਿਆਣੇ ਤੋਂ ਲਿਆ ਇੱਕ ਟੈਕਸੀ ਕਿਰਾਏ ਤੇ ਕੀਤੀ ਮੁਕੇਰੀਆਂ ਪਠਾਨਕੋਟ ਤੋਂ ਹੁੰਦੇ ਹੋਏ ਸ਼ਿਰੀ ਨਗਰ ਪਹੁੰਚੇ ਉੱਥੇ ਇੱਕ ਮੰਦਰ ਵਿੱਚ ਰਹਿਣ ਦਾ ਪ੍ਰਬੰਧ ਕੀਤਾ ਗਿਆ ਮੰਦਰ ਵਿੱਚ ਖੂਹ ਵੀ ਸੀ ਖੂਹ ਦੇ ਪਾਣੀ ਨਾਲ ਹੀ ਲੰਗਰ ਤੇ ਮਿਠਾਈਆਂ ਤਿਆਰ ਕੀਤੀਆਂ ਜਾਂਦੀਆਂ ਬਾਹਰ ਦੇ ਲੋਕਾਂ ਵਿੱਚ ਵੀ ਖੂਬ ਮਿਠਾਈਆਂ ਵੰਡੀਆਂ ਜਾਂਦੀਆਂ ਉੱਥੇ ਇੱਕ ਸਫਾਈ ਕਰਮਚਾਰੀ ਸੀ ਉਸ ਨੂੰ ਗਰੀਬ ਨਿਵਾਜ ਜੀ ਨੇ ਆਪ ਦੋ ਬਾਟੀਆਂ ਬੁੰਦੀ ਦੇ ਪ੍ਰਸ਼ਾਦ ਦੀਆਂ ਦਿੱਤੀਆਂ ਉਹ ਕਹਿਣ ਲੱਗਾ ਇਹ ਤਾਂ ਰੱਬ ਹੈ ਇੱਕ ਮਾਈ ਉੱਥੇ ਆਉਂਦੀ ਜਾਂਦੀ ਰਹਿੰਦੀ ਸੀ ਇੱਕ ਦਿਨ ਸੱਚੇ ਪਾਤਸ਼ਾਹ ਜੀ ਨੇ ਉਸ ਮਾਈ ਕੋਲੋਂ ਪੁੱਛਿਆ ਮਾਈ ਤੂੰ ਗਊ ਰੱਖੀ ਹੈ ਮਾਈ ਨੇ ਕਿਹਾ ਹਾਂ ਜੀ ਤਗਰੀਬ ਨਿਵਾਜ ਜੀ ਨੇ ਬਚਨ ਕੀਤਾ ਸਾਡੇ ਲਈ ਦੁੱਧ ਲੈ ਕੇ ਆਏ ਮਾਈ ਰਾਤ ਨੂੰ ਦੁੱਧ ਲੈ ਕੇ ਆਈ ਤੇ ਕਹਿਣ ਲੱਗੀ ਸੱਚੇ ਪਾਤਸ਼ਾਹ ਜੀ ਮੈਂ ਸਾਰਾ ਹੀ ਦੁੱਧ ਲੈ ਆਂਦਾ ਹੈ ਸੱਚੇ ਪਾਤਸ਼ਾਹ ਜੀ ਬਚਨ ਕੀਤਾ ਇਹ ਤਾਂ ਮੁਕਣਾ ਹੀ ਨਹੀਂ ਸੋ ਝਾਟੇ ਵਿੱਚ ਦੁੱਧ ਪਾ ਦਿੱਤਾ ਸਾਰੀ ਸਾਹਸੰਗ ਨੇ ਝਾਟਾ ਛਕਿਆ ਮਾਈ ਹੈਰਾਨ ਸੀ ਕਿ ਦੁੱਧ ਤਾਂ ਇੰਨਾ ਹੈ ਹੀ ਨਹੀਂ ਸੀ ਇਹ ਕਿਸ ਤਰ੍ਹਾਂ ਹੋ ਗਿਆ ਉਸ ਨੂੰ ਕੀ ਪਤਾ ਕਿ ਅਕਾਲਪੁਰ ਦਾ ਬਚਨ ਦੁੱਧ ਵਿੱਚ ਮੁਕਣਾ ਸੀ ਤੇ ਉਹ ਪਲਾ ਕਿਵੇਂ ਮੁਕਦਾ ਇਕ ਹੋਰ ਸਾਖੀ ਹੈ ਇੱਕ ਦਿਨ ਸਾਜਨ ਜੀ ਆਪਣੇ ਸਾਥੀਆਂ ਨਾਲ ਬਾਹਰ ਘੁੰਮਣ ਲਈ ਜਾਣ ਲੱਗੇ ਸੱਚੇ ਪਾਤਸ਼ਾਹ ਜੀ ਨੂੰ ਮਰਿਆਦਾ ਤੇ ਧਰਮ ਦਾ ਕਿੰਨਾ ਖਿਆਲ ਰਹਿੰਦਾ ਹੈ ਉਹ ਹਰ ਵੇਲੇ ਛੋਟੀ ਤੋਂ ਛੋਟੀ ਗੱਲ ਨੂੰ ਵੀ ਬੜੇ ਧਿਆਨ ਨਾਲ ਵੇਖਦੇ ਹਨ ਸੱਚੇ ਪਾਤਸ਼ਾਹ ਜੀ ਨੇ ਸਾਜਨ ਹੋਰਾਂ ਨੂੰ ਕੋਲ ਬੁਲਾਇਆ ਤੇ ਹੁਕਮ ਕੀਤਾ ਵੇਖੀ ਕਿਤੇ ਕੋਈ ਤੁਰਘਟਨਾ ਨਾ ਹੋ ਜਾਵੇ ਸਾਜਨ ਜੀ ਇਹ ਸੁਣ ਕੇ ਘਬਰਾ ਗਏ ਤੇ ਉਹਨਾਂ ਕਹੇ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਇਹ ਬਚਨ ਕੀ ਕਰ ਦਿੱਤਾ ਹੈ ਸਾਡੀ ਤੇ ਜਾਨ ਹੀ ਨਿਕਲ ਗਈ ਹੈ ਤਾਂ 사ਗੁਰ ਜੀ ਬਚਨ ਕੀਤਾ ਤੁਸੀਂ ਜਵਾਨ ਲੋਕ ਹੋ ਤੇ ਇਧਰ ਕਸ਼ਮੀਰ ਦਾ ਹੁਸਨ ਹੈ ਤੁਸੀਂ ਇਧਰ ਵੇਖੋਗੇ ਤਾਂ टांगे ਵਿੱਚ ਵੱਜੋਗੇ ਮੈਂ ਤੁਹਾਨੂੰ ਦੋਹਾਂ ਪਾਸਿਆਂ ਤੋਂ ਸੁਚੇਤ ਕੀਤਾ ਹੈ टांगे ਤੋਂ ਵੀ ਤੇ ਹੁਸਨ ਤੋਂ ਵੀ ਇਸ ਤਰ੍ਹਾਂ ਗ੍ਰੀਮ ਨਿਵਾਜ ਸਾਥ ਸੰਗਤ ਨੂੰ ਹਮੇਸ਼ਾ ਸੁਚੇਤ ਵੀ ਕਰਦੇ ਰਹਿੰਦੇ ਹਨ ਉਥੇ ਇੱਕ ਬੁੱਢਾ ਮੁਸਲਮਾਨ ਰਹਿੰਦਾ ਸੀ ਉਸਨੇ ਗਰੀਬ ਨਿਵਾਜ ਜੀ ਬਾਰੇ ਪੁੱਛਿਆ ਇਹ ਕੌਣ ਹਨ 사ਜਨ ਜੀ ਨੇ ਉਸ ਨੂੰ ਦੱਸਿਆ ਕਿ ਇਹ ਸਾਡੇ ਗੁਰੂ ਹਨ ਉਸ ਮੁਸਲਮਾਨ ਨੇ ਕਿਹਾ ਇਹ ਤਾਂ ਖੁਦਾ ਹੈ ਖੁਦਾ ਸ਼ੁਕਰ ਹੈ ਬੁਢਾਪੇ ਵਿੱਚ ਅੱਲਾ ਦੇ ਦਰਸ਼ਨ ਹੋ ਗਏ ਨੇ 사ਜਨ ਜੀ ਆਪਣੇ ਬਾਰੇ ਵਿੱਚ ਵਰਣਨ ਕਰਦੇ ਹਨ ਕਿ ਉਹਨਾਂ ਦੇ ਦਾਦਾ ਜੀ ਨਾਮਧਾਰੀ ਨਹੀਂ ਸਨ ਉਹ ਮਾਸ਼ ਸ਼ਰਾਬ ਖਾਂਦੇ ਪਿੰਦੇ ਸਨ ਇਕ ਦਿਨ ਉਹ ਆਪਣੇ ਖੇਤਾਂ ਵਿੱਚ ਜੋ ਦੀ ਲੰਘ ਰਹੇ ਸਨ ਜ਼ਮੀਨ ਕਲਰ ਵਾਲੀ ਸੀ ਇਹੋ ਜਿਹੀ ਜ਼ਮੀਨ ਵਿੱਚ ਕੋਈ ਫਸਲ ਵਗੈਰਾ ਨਹੀਂ ਹੋ ਸਕਦੀ ਉਹਨਾਂ ਨੇ ਵੇਖਿਆ ਕਿ ਸਾਹਮਣੇ ਤਾਂ ਕੋਈ ਨਾਮਤਰੀ ਬਸਤਰ ਪਹਿਨੇ ਹੱਥ ਵਿੱਚ মালা ਫੜੀ ਹੋਈ ਹੈ ਕੋਈ ਸੰਤ ਜੀ ਚਲੇ ਆ ਰਹੇ ਹਨ ਉਸ ਸੰਤ ਨੇ ਨੇੜੇ ਆ ਕੇ ਸਾਜਣ ਦੇ ਬਾਬਾ ਜੀ ਨੂੰ ਬਚਨ ਕੀਤਾ ਸਿੰਘਾ ਸਾਡੇ ਕੋਲੋਂ ਭਜਨ ਲੈ ਲੈ ਬਾਬਾ ਜੀ ਨੇ ਕਿਹਾ ਮੈਂ ਤੇ ਮਾਸ ਸ਼ਰਾਬ ਖਾਂਦਾ ਵੀ ਨਾ ਤਾਂ ਉਹ ਸੰਤ ਨੇ ਕਿਹਾ ਤੁਹ ਕਾਨ ਨੇੜੇਕਾਰ ਅਸੀਂ ਤਾਂ ਕੱਲਰ ਜ਼ਮੀਨ ਵਿੱਚ ਬੀਜ ਪਾਉਂਦੇ ਹਾਂ ਜਦ ਬਰਸਾਤ ਆਏਗੀ ਤਾਂ ਫਸਲ ਨਿਕਲ ਆਵੇਗੀ ਤਾਂ ਸੰਤ ਜੀ ਨੇ ਸਾਜਣ ਦੇ ਬਾਬਾ ਜੀ ਦੇ ਕਾਨ ਵਿੱਚ ਭਜਨ ਦੇ ਦਿੱਤਾ ਬਾਬਾ ਜੀ ਹੈਰਾਨ ਹੋਏ ਕਿ ਇਹ ਕੌਣ ਹੈ ਜੋ ਜ਼ਬਰਦਸਤੀ ਭਜਨ ਦੇ ਗਿਆ ਹੈ ਜਦੋਂ ਉਹਨਾਂ ਨੇ ਪਿੱਛੇ ਮੁੜ ਕੇ ਵੇਖਿਆ ਤਾ ਦੂਰ ਦੂਰ ਤੱਕ ਕੋਈ ਵੀ ਨਜ਼ਰ ਨਹੀਂ ਸਿਆ ਰਿਆ ਬਾਬਾ ਜੀ ਨੇ ਹੁਣ ਨਾਮ ਤੇ ਜਪਣਾ ਸ਼ੁਰੂ ਕਰ ਦਿੱਤਾ ਪਰ ਮਾ ਸ਼ਰਾਬ ਨਹੀਂ ਛੱਡਿਆ ਹੌਲੀ ਹੌਲੀ ਉਹ ਵੀ ਛੁੱਟ ਗਿਆ ਫਿਰ ਸ਼ੀਰੀ ਪਹਿਣੀ ਸਹਿਬ ਜਾਨ ਦਾ ਵਿਚਾਰ ਬਣਿਆ ਜਾ ਕੇ ਜਦੋਂ ਸ਼ੀ ਸਤਗੁਰ ਆਮ ਸਿੰਘ ਜੀ ਦੀ ਮੂਰਤ ਦੇ ਦਰਸ਼ਨ ਕੀਤੇ ਤਾਂ ਕਹਿਣ ਲੱਗੇ ਕਿ ਇਹ ਤੇ ਉਹੀ ਸੰਤ ਹਨ ਜਿਨ੍ਹਾਂ ਨੇ ਮੈਨੂੰ ਆਪ ਕੰਨ ਫਾੜ ਕੇ ਭਜਨ ਦਿੱਤਾ ਸੀ ਸੱਚੀ ਬਾਸ਼ਾ ਜੀ ਵੈਸੇ ਤਾਂ ਬਹੁਤ ਘੱਟ ਮਾਤਰਾ ਵਿੱਚ ਛਕਦੇ ਹਨ ਇੱਕ ਦਿਨ ਸ਼੍ਰੀ ਸਾਗੁਰੂ ਜੀ ਨੇ ਨੀਜੀ ਸਕੱਤਰ ਗੁਰਪਜਨ ਸਿੰਘ ਨੇ ਪਹਿਲਾ ਸ਼੍ਰੀ ਸਾਗੁਰੂ ਜੀ ਦਾ ਨੀਜੀ ਸਕੱਤਰ ਗੁਰਪਜਨ ਸਿੰਘ ਸੀ بڑے ਕਮਾਂਡ ਵਿੱਚ ਗਿਆ ਕਿ ਅੱਜ ਤੇ ਉਹ ਕੜਾ ਪ੍ਰਸ਼ਾਦ ਖੂਬ ਖਾਣਗੇ ਸੱਚੀ ਬਾਸ਼ਾ ਜੀ ਨੇ ਬਚਨ ਕੀਤਾ ਅਸੀਂ ਤੇਰੇ ਨਾਲ ਮੁਕਾਬਲਾ ਤਾਂ ਕਰਨਾ ਨਹੀਂ ਪਰ ਖਾ ਕੇ ਵੇਖਦੇ ਹਾਂ ਲੰਗਰੀ ਰਤਨ ਸਿੰਘ ਨੇ ਇੱਕ ਇੱਕ ਵਾਰ ਦੋਹਾਂ ਦੀਆਂ ਥਾਲੀਆਂ ਵਿੱਚ ਕੜਾ ਪ੍ਰਸ਼ਾਦ ਪਾਇਆ ਸਤਗੁਰ ਜੀ ਕੜਾ ਪ੍ਰਸ਼ਾਦ ਝੱਟ ਚਾਗ ਗਏ ਪਰੰਤੂ ਗੁਰਪ੍ਰਜਨ ਸਿੰਘ ਨਾ ਚੱਕ ਸਕਿਆ ਤਾਂ ਸਤਗੁਰ ਜੀ ਨੇ ਸੰਤ ਰਤਨ ਸਿੰਘ ਨੂੰ ਬਚਨ ਕੀਤਾ ਇੱਕ ਇੱਕ ਬਾਟੀ ਪ੍ਰਸ਼ਾਦ ਦੀ ਇੱਕ ਬਾਟੀ ਪ੍ਰਸ਼ਾਦ ਦੀ ਹੋਰ ਬਾ ਦਿਓ ਉਹ ਵੀ ਝੱਕ ਗਏ ਫਿਰ ਥੋੜੇ ਜੀਰ ਬਾਾਰ ਰਤਨ ਸਿੰਘ ਨੂੰ ਫੇਰ ਹੁਕਮ ਕੀਤਾ ਇੱਕ ਬਾਟੀ ਹੋਰ ਪਾ ਦਿਓ ਗੁਰਪ੍ਰਜਨ ਸਿੰਘ ਦੂਜੀ ਬਾਟੀ ਤੇ ਹੀ ਔੜਿਆ ਹੋਇਆ ਸੀ ਕਿ ਐਦਰ ਸੱਚੇ ਪਾਤਸ਼ਾਹ ਜੀ ਤੀਜੀ ਬਾਟੀ ਵੀ ਖਾਲੀ ਕਰ ਗਏ ਗੁਰਪ੍ਰਜਨ ਸਿੰਘ ਦਾ ਹੰਕਾਰ ਟੁੱਟ ਗਿਆ ਸੱਚੇ ਪਾਤਸ਼ਾਹ ਜੀ ਪ੍ਰਸ਼ਾਦ ਛੱਕ ਕੇ ਦੀਵਾਨ ਵਿੱਚ ਵੀ ਪਹੁੰਚ ਗਏ ਉਹ ਕੋਈ ਆਮ ਆਦਮੀ ਥੋੜੀ ਹੈ ਉਹ ਤਾਂ ਅਕਾਲ ਪੁਰਖ ਦਾ ਰੂਪ ਹੈ ਸਾਰੇ ਹੀ ਆਖ ਲਈਏ ਤਾਨ ਤਾਨ ਤਾਂ ਤਾਂੰ ਸ਼੍ਰੀ ਸਤਗੁਰੂ ਜਗਜੀਤ ਸਿੰਘ ਜੀ ਸਾਡੀ ਉਹਨਾਂ ਦੇ ਚਰਨਾਂ ਤੇ अनेका अनेका ਵਾਰੀ ਦੰਡੋਤ ਬੰਦਨਾ ਹੈ